दैनिक सवेरा अंधेरे से उजाले की ओर। लम्मा पिंड के पास शराब पीकर हंगामा करने को लेकर दो पक्ष आपस में भिड़ गए, जिसमें दोनों पक्षों के लोग घायल हो गए, जिसमें दोनों पक्ष मेडिकल करवाने हेतु सिविल अस्पताल पहुंचे, लेकिन वहां पर दोनों पक्षों में कहासुनी हो गई, जिसके चलते डॉक्टरों को इमरजेंसी हॉर्न बजाकर गार्ड्स को बुलाना पड़ा, जिसके बाद मौके पर पहुंचे गार्ड्स ने दोनों पक्षों को समझाकर शांत करवाया। ਲੰਮਾ ਪਿੰਡ ਚੌਂਕਾ ਜੀ ਸਾਡਾ ਘਰ ਹੈਗਾ, ਸਾਡੇ ਗੁਆਂਢ ਹੈਗਾ ਪੰਜਾਬ ਇਲੈਕਟ੍ਰੀ ਗਰਲਸ। ਅੱਛਾ ਜੀ। ਉੱਥੇ ਬੈਠ ਕੇ ਇਹਨਾਂ ਦੇ ਨਾਲ ਕੋਈ ਬੰਦਾ ਜਿਹੜਾ ਸਿਵਲ ਹੋਸਪਿਟਲ 'ਚ ਇਸ ਵੇਲੇ ਦਾਖਲ ਹੈਗਾ, ਆ ਕੇ ਬੈਠਾ ਦਾਰੂ ਪੀ ਰਿਹਾ ਸੀਗਾ। ਮੇਰੇ ਉਹਨਾਂ ਦਾ ਕਿਸੇ ਗੱਲ 'ਤੇ ਮੈਂ ਇਹਨਾਂ ਦੀ ਬਹਿਸ ਹੋਈ ਸੀ ਵੀ ਆਪਣੇ ਜਿਹੜੇ ਬੋਤਲਾਂ ਤੋੜ ਕੇ ਸਾਡੇ ਦੀਵਾਰ ਮੂਹਰੇ ਸੁੱਟਦੇ ਸੀਗੇ। ਮੈਂ ਉਹਨਾਂ ਨੂੰ ਇਹ ਸੀ ਤਾਂ ਵੀ ਤੁਸੀਂ ਇਹਦੇ ਸਿੱਟਿਆ ਨਾ ਕਰੋ, ਇਸ 'ਤੇ ਰੋਕਿਆ। ਉਹਨਾਂ ਨੇ ਆਪਣੇ ਬੰਦੇ ਜਿਹੜੇ ਹੈਗੇ ਆਪਣੇ ਸੱਦ ਕੇ, ਅਤੇ ਸਾਨੂੰ ਉਹਨਾਂ ਦਾ ਆਟੋ ਵੀ ਉੱਥੇ ਖੜ੍ਹਾ ਹੈਗਾ, ਪੁੱਟ ਕੇ ਸਾਡੇ ਨਾਲ ਘਰ 'ਚ ਹੱਥੋਂ ਪਾਈ ਕੀਤੀ, ਸਾਡਾ ਗੇਟ ਬੰਦ ਤੋੜ ਕੀਤੀ, ਮੇਰੀ ਮਿਸਿਜ ਦੇ ਜਿਹੜੇ ਹੈਗੇ ਸੱਟਾਂ ਮਾਰੀਆਂ। ਇਹਨਾਂ ਨੇ ਮੈਨੂੰ ਸਗੋਂ ਅੱਗੇ ਆਉਣ ਤੋਂ ਰੋਕਿਆ, ਤੁਹਾਨੂੰ ਸੱਟਾਂ ਉਹਨਾਂ ਦੇ ਮਤਲਬ ਮਾਰ ਕੇ ਚਲੇ, ਅੱਠ ਜਣੇ, ਸੱਤ ਅੱਠ ਜਣੇ ਦੇ ਕਰੀਬ। ਇਹ ਮੈਨੂੰ ਨਾ ਮੇਰੀ ਭਾਬੀ ਦਾ ਫੋਨ, ਹਾਂਜੀ, ਮੈਨੂੰ ਮੇਰੀ ਭਾਬੀ ਦਾ ਫੋਨ ਆਇਆ ਘਰ, ਮੈਂ ਆਪਣੇ ਘਰ ਸੀਗਾ। ਉਹਨਾਂ ਨੇ ਕਿਹਾ ਵੀ ਕਿਤੇ ਬ੍ਰਦਰ ਦੇ ਨਾਲ ਲੜਾਈ ਹੋ ਗਈ ਲੰਮਾ ਪਿੰਡ ਚੌਂਕ, ਮੈਨੂੰ ਕਿਸੇ ਦੇ ਮੋਬਾਈਲ ਤੋਂ ਫੋਨ ਆਇਆ। ਅੱਛਾ ਜੀ। ਅਤੇ ਮੈਂ ਲੰਮਾ ਪਿੰਡ ਚੌਂਕ ਗਿਆ, ਉੱਥੇ ਮੇਰਾ ਬ੍ਰਦਰ ਸੜਕ 'ਤੇ ਡਿੱਗਿਆ ਪਿਆ ਸੀਗਾ, ਆਟੋ ਵੀ ਉੱਥੇ ਸੀਗਾ ਉਸ ਟਾਈਮ। ਮੈਨੂੰ ਅਸੀਂ ਦੋ ਚਾਰ ਮੁੰਡੇ ਨਾਲ ਲੈ ਗਏ ਮਹੱਲੇ 'ਚੋਂ, ਉਹਨਾਂ ਨੂੰ ਨਾਲ ਲੈ ਕੇ ਇਹਨਾਂ ਨੇ ਚੁੱਕ ਕੇ ਹੋਸਪਿਟਲ ਲੈ ਆਉਂਦਾ ਸੀ। ਠੀਕ ਹੈ ਜੀ। ਹੋਸਪਿਟਲ ਲੈ ਕੇ ਇਹਨਾਂ ਦਾ ਜੋ ਰੈਡੀਮੇਡ ਕਰਾਉਣਾ ਸੀਗਾ ਉਹ ਕਰਵਾਇਆ, ਅਤੇ ਇੱਥੇ ਆ ਕੇ ਖੜ੍ਹੇ ਸੀਗੇ, ਜੋ ਇਹਦਾ ਚੱਲਦਾ ਸੀ ਦੂਜੀ ਪਾਰਟੀ ਇੱਥੇ ਆ ਗਈ। ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ, ਉਹਨਾਂ ਨੇ ਆਉਂਦੇ ਹੀ ਨਾ ਮੇਰੇ ਬ੍ਰਦਰ ਦੇ ਕੋਲ ਉਦੋਂ ਕੋਈ ਖੜ੍ਹਾ ਨਹੀਂ ਸੀਗਾ, ਉਹਨਾਂ ਨੇ ਉਹਦੀ ਬਾਂਹ ਫੜੀ ਨੂੰ ਚੁੱਕ ਕੇ ਲੈ ਚੱਲੇ, ਨਹੀਂ ਤਾਂ ਕੈਮਰੇ 'ਚ ਵੀ ਕੈਦ ਹੋ ਗਏ, ਉਹਦੇ ਕਹਿੰਦੇ ਕੈਮਰੇ ਲੱਗੇ ਅੰਦਰ। ਉਹਨੂੰ ਚੁੱਕ ਕੇ ਕਹਿੰਦੇ ਇਹਨੂੰ ਬਾਹਰ ਲੈ ਚਲੋ, ਅਸੀਂ ਫਿਰ ਬੋਲੇ ਵੀ ਇਹਨੂੰ ਕਿਉਂ ਚੁੱਕੇ ਬਾਹਰ ਲੈ ਚਲਿਓ, ਕਹਿੰਦਾ ਜੇ ਉਹ ਇਹ ਕਰਕੇ ਆਈ ਉਹ ਸਾਡੇ ਘਰ ਤੋੜ ਭੰਨ ਕਰਕੇ ਆਇਆ। ਮੈਂ ਕਿਹਾ ਤੇ ਉੱਥੇ ਡਿੱਗਿਆ ਪਿਆ ਸੀਗਾ, ਮੈਂ ਇੰਨੀ ਗੱਲ ਹੋਈ ਹੈ ਇੱਥੇ ਆ ਕੇ, ਥੋੜ੍ਹੀ ਬਹੁਤੀ ਬਹਿਸ ਬੂਸ ਹੋਈ ਹੈ, ਬਾਕੀ ਹੋਰ ਕੋਈ ਗੱਲ ਨਹੀਂ।